ਮਨੁੱਖ ਕਿਧਰੇ ਵੀ ਰਹੀ ਇੱਕ ਭਾਈਚਾਰਾ ਉਸਾਰ ਕੇ ਸਾਂਝ ਉਪਜਾ ਲੰਦਾ ਹੈ ਪੂਨੇ ਦੀ ਯਰਵਾਦਾ ਜੇਲ੍ਹ ਵਿੱਚ ਗਾਂਧੀ ਜੀ 6 ਸਾਲ ਕੈਦ ਰਹੇ ਸਨ ਅੰਗਰੇਜ਼ ਜੇਲਰ ਨੇ ਗਾਂਧੀ ਜੀ ਦੀ ਦੇਖਭਾਲ ਲਈ ਇੱਕ ਅਫਰੀਕਨ ਕੈਦੀ ਲਾਇਆ ਜਿਹੜਾ ਕੋਈ ਭਾਰਤੀ ਪਾਸ਼ਾ ਨਹੀਂ ਸੀ ਜਾਣਦਾ ਜਿਸ ਤੋਂ ਜੇਲਰ ਨੂੰ ਯਕੀਨ ਸੀ ਕਿ ਉਹ ਗਾਂਧੀ ਜੀ ਦੇ ਪ੍ਰਭਾਵ ਤੋਂ ਮੁਕਤ ਰਹੇਗਾ ਗਾਂਧੀ ਜੀ ਤੇ ਉਹ ਅਫਰੀਕਨ ਇਸ਼ਾਰਿਆਂ ਨਾਲ ਕੰਮ ਚਲਾਉਂਦੇ ਸਨ ਇੱਕ ਦਿਨ ਉਸ ਅਫਰੀਕਨ ਨੂੰ ਇੱਕ ਠੂਏ ਨੇ ਕੱਟ ਲਿਆ ਤੇ ਉਹ ਚੀਕਾਂ ਮਾਰਦਾ ਗਾਂਧੀ ਜੀ ਕੋਲ ਆਇਆ ਗਾਂਧੀ ਜੀ ਨੇ ਆਪਣੇ ਮੂੰਹ ਨਾਲ ਠੂਹੇ ਦਾ ਜ਼ਹਿਰ ਚੂਸ ਲਿਆ ਤੇ ਅਫਰੀਕਨ ਨੂੰ ਦਰਦ ਤੋਂ ਰਾਹਤ ਮਹਿਸੂਸ ਹੋਈ ਗਾਂਧੀ ਜੀ ਨੇ ਉਹਦਾ ਕਈ ਟੰਗਾਂ ਨਾਲ ਇਲਾਜ ਕੀਤਾ ਅਫਰੀਕਨ ਕੈਦੀ ਦੇ ਜੀਵਨ 'ਚ ਇਹ ਪਹਿਲੀ ਵਾਰ ਹੋਇਆ ਸੀ ਕਿ ਕਿਸੇ ਨੇ ਉਸ ਵੱਲ ਇੰਨਾ ਧਿਆਨ ਦਿੱਤਾ ਸੀ ਉਸ ਅਫਰੀਕਨ ਨੇ ਗਾਂਧੀ ਜੀ ਦੇ ਦਿਲ ਜਾਨ ਨਾਲ ਨਿਰੰਤਰ ਸੇਵਾ ਕੀਤੀ ਜਦੋਂ ਗਾਂਧੀ ਜੀ ਨੂੰ ਰਿਹਾ ਕੀਤਾ ਗਿਆ ਤਾਂ ਉਹ ਅਫਰੀਕਨ ਰੋ ਰਿਹਾ ਸੀ ਤੇ ਗਾਂਧੀ ਜੀ ਦਾ ਚਿਹਰਾ ਤਰੂਆਂ ਨਾਲ ਭਿੱਜਿਆ ਹੋਇਆ ਸੀ ਕਿਉਂਕਿ ਉਹਨਾਂ ਚ ਇੱਕ ਸਾਂਝ ਤੇ ਇੱਕ ਭਾਈਚਾਰਾ ਉੱਤਰ ਪਿਆ ਸੀ ਧੰਨਵਾਦ